ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਸ਼ਾਵਰ ਦੇ ਵਿੱਚ ਮੇਅਰ ਦੇ ਇਲੈਕਸ਼ਨ ਵਾਸਤੇ ਤਰੀਕੇ ਇਨਸਾਫ ਦਾ ਜਿਹੜਾ ਉਮੀਦਵਾਰ ਹੈ ਉਹ ਕਿੱਥੋਂ ਆਇਆ ਤੁਹਾਨੂੰ ਨਹੀਂ ਪਤਾ ਜ਼ੈਰੀ ਗੱਲ ਹੈ ਤੁਹਾਨੂੰ ਦੱਸਣਾ ਵੀ ਕਿੰਨੇ ਆ ਤੁਸੀਂ ਤਾਂ ਮਿੱਠੇ ਹੋ ਨਾ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਸਾਬਰ ਸ਼ਾਕਰ ਤੇ ਨਹੀਂ ਦੱਸੇਗਾ ਨਾ ਜਾਂ ਗੁਲਾਮ हुसैन ਚੌਧਰੀ ਤੇ ਨਹੀਂ ਦੱਸੇਗਾ ਨਾ ਯਾ ਇਸ ਤਰ੍ਹਾਂ ਦੇ ਹੋਰ ਜਿਹੜੇ ਨੇ ਲੋਗ ਉਹ ਨਹੀਂ ਦੱਸਣਗੇ ਨਾ ਤੁਹਾਨੂੰ ਇਹ ਚੀਜ਼ਾਂ ਯਾ ARY ਤੁਹਾਨੂੰ ਇਹ ਗੱਲ ਨਹੀਂ ਦੱਸੇਗਾ ਕਿ ਪਸ਼ਾਵਰ ਦੇ ਵਿੱਚ ਜਿਹੜਾ ਮੇਅਰ ਦਾ ਉਮੀਦਵਾਰ ਸੀ ਤਰੀਕ ਇਨਸਾਫ ਦਾ ਉਹ ਕਿੱਥੋਂ ਆਇਆ ਉਹ ਮੈਂ ਤੁਹਾਨੂੰ ਦੱਸਣਾ ਕਿ ਕਿੱਥੋਂ ਆਇਆ ਪਸ਼ਾਵਰ ਦੇ ਵਿੱਚ ਸਾਰੀ ਪਾਰਟੀ ਦੇ ਖਿਲਾਫ Imran Khan ਨੇ ਇੱਕ ਫੈਸਲਾ ਕੀਤਾ ਔਰ ਪੂਰੀ ਦੀ ਪੂਰੀ ਪਾਰਟੀ ਜਿਹੜੀ ਹੈ ਉਹ ਜਿਹੜੀ ਹਸੀ ਕੁ ਦੋ 400 ਜਿਹੜੇ ਬੰਦੇ ਹਸੀ ਉੱਥੇ ਉਹਨਾਂ ਨੂੰ ਸਾਈਡ ਤੇ ਕਰਕੇ ਤੇ ਨਿਆਜ਼ੀ ਜਿਹੜਾ ਦੁਬਈ ਦੇ ਵਿੱਚੋਂ ਇੱਕ ਅਰਬਪਤੀ ਬੰਦੇ ਨੂੰ ਲੈ ਕੇ ਆਂਦਾ ਬੰਗਾਲਾ ਦੇ ਵਿੱਚ ਦੁਬਈ ਦੇ ਵਿੱਚੋਂ ਇੱਕ ਅਰਬਪਤੀ ਇਨਵੈਸਟਰ ਨੂੰ ਬੰਗਾਲਾ ਦੇ ਵਿੱਚ ਬੁਲਾਇਆ ਜਾਂਦਾ ਉਹਦਾ ਅਰਬਾਂ ਰੁਪਏ ਦਾ ਕਾਰੋਬਾਰ ਹੈ ਦੁਬਈ 'ਚ ਉਨੂੰ ਬਾਰੋ-ਬਾਰ ਬੰਗਾਲਾ ਦੇ ਵਿੱਚ ਬੁਲਾਇਆ ਜਾਂਦਾ ਬੁਲਾ ਕੇ ਉਹਨੂੰ ਪਸ਼ਾਵਰ ਦੇ ਮੇਅਰ ਦੀ ਟਿਕਟ ਦਿੱਤੀ ਜਾਂਦੀ ਏ 1 ਅਰਬ ਰੁਪਇਆ ਨੈਟ ਕੈਸ਼ ਰਿਸ਼ਵਤ ਲੈ ਕੇ ਉਹ ਬੰਦਾ ਜਦੋਂ ਪਸ਼ਾਵਰ ਜਾਂਦਾ ਉੱਥੇ ਜਾ ਕੇ ਕਹਿੰਦਾ ਜੀ ਮੈਂ ਤੇ ਕੈਂਡੀਡੇਟ ਉਹ ਬੰਦੇ ਬੁਲਾਣਾ ਸ਼ੁਰੂ ਕਰ ਦਿੰਦਾ ਤਰੀਕੇ ਇਨਸਾਫ ਦੇ ਜਿਹੜੇ ਉੱਥੇ ਕੋ 2 400 ਹੋਣਗੇ ਨਾ ਉਹਨਾਂ ਨੂੰ ਬੁਲਾਣਾ ਸ਼ੁਰੂ ਕਰ ਦਿੰਦਾ ਹੈ ਦਫ਼ਤਾਂ ਸ਼ੁਰੂ ਕਰ ਦਿੰਦਾ ਹੈ ਉਹ ਬੰਦੇ ਜਿਹੜੇ ਨੇ ਉਹ ਹਰਾਨ ਪਰੇਸ਼ਾਨ ਕਿ ਇਹ ਬੰਦਾ ਜਿਹੜਾ ਇਹ ਨਾ ਇਹ ਪਸ਼ਾਵਰ ਦਾ ਰਿਆਸੀ ਏ ਨਾ ਇਹਨੂੰ ਪਸ਼ਾਵਰ ਦੀਆਂ ਗਲੀਆਂ ਮਹੱਲੇ ਦਾ ਪਤਾ ਹੈ ਨਾ ਇਹਨੂੰ ਕਿਸੇ ਚੀਜ਼ ਦਾ ਪਤਾ ਹੈ ਨਾ ਇਹਨੂੰ ਇੱਥੋਂ ਦੀ ਤਨਜ਼ੀਮ ਦਾ ਪਤਾ ਹੈ ਨਾ ਇਹਨੂੰ ਇੱਥੇ ਕਿਸੇ ਦਾ ਨਾਮ ਆਂਦਾ ਹੈ ਇਹ ਬੰਦਾ ਇੱਥੇ ਕਿਧਰ ਆ ਕੇ ਜਿਹੜਾ ਇਹ ਆਂਦਾ ਜੀ ਮੈਂ ਕਾਗਜ਼ ਜਮ੍ਹਾਂ ਕਰਾਣੇ ਨੇ ਪਸ਼ਾਵਰ ਦੇ ਮੇਅਰ ਦੀ ਸੀਟ ਆਸਤੇ ਇੱਕ ਹੀ ਚੱਕਰ ਉਹ ਗੱਲ ਇਹ ਮੁੱਕੀ ਸੀ ਕਿ ਪਸ਼ਾਵਰ ਨੂੰ ਜਦੋਂ ਤੂੰ ਜਿੱਤ ਜਾਏਂਗਾ ਮੇਅਰ ਦੀ ਸੀਟ ਤੇ ਸਾਰੇ ਮਹਿਕਮੇ ਜਿਹੜੇ ਨੇ ਉਹ ਤੇਰੇ ਅੰਡਰ ਆ ਜਾਣਗੇ ਪੁਲਿਸ ਹੋ ਗਿਆ ਔਰ ਜਿੰਨੇ ਵੀ ਸਿਵਲ ਮਹਿਕਮੇ ਹੋਣਗੇ ਐਸੀ ਡੀਸੀ ਸੱਜੇ ਖੱਬੇ ਤਾਲੀਮ ਸਿਹਤ ਅਕਸਾਈਜ਼ ਫਲਾਣਾ ਜਿੰਨੇ ਵੀ ਮਹਿਕਮੇ ਹੁੰਦੇ ਇਹ ਸਾਰੇ ਮਹਿਕਮੇ ਜਿਹੜੇ ਨੇ ਇਹ ਤੇਰੇ ਅੰਡਰ ਆ ਜਾਣਗੇ ਔਰ 15-20 ਅਰਬ ਰੁਪਏ ਦਾ ਜਿਹੜਾ ਇਹਦਾ ਇਹ ਬਜਟ ਹੋਏਗਾ ਸ਼ਹਿਰ ਦਾ ਤੇ ਤੂੰ ਜਿਹੜਾ 1 ਅਰਬ ਦੇ ਰਿਹਾ ਤੂੰ ਆਪਣਾ ਤਸੱਲੀ ਦੇ ਨਾਲ ਜਿਹੜਾ ਨਾ ਉਹ تعمیرੋ ਤਰੱਕੀ ਵੀ ਕਰ ਲਈ ਤੇ ਆਪਣੀ ਤਾਮੀਰੋ ਤਰੱਕੀ ਵੀ ਕਰ ਲਈ ਜਦ ਇਹ ਗੱਲ ਹੈ 1 ਅਰਬ ਅਗਰ ਦੇਣਾ ਤੇ 30-35 ਅਰਬ ਦਾ ਉੱਥੇ ਬਜਟ ਹੈ ਤੇ ਕੋਈ ਸਸਤਾ ਸੌਦਾ ਤਾਂ ਨਹੀਂ ਸੀ ਨਾ ਇੱਕ ਬਿਜ਼ਨਸਮੈਨ ਆਸਤੇ ਉਹ ਮੰਨ ਗਿਆ ਉਹਨੇ ਕਿਹਾ ਜੀ ਠੀਕ ਆ ਉਹਨੇ ਫਿਰ ਗਰੰਟੀ ਮੰਗੀ ਉਹਨੇ ਕਿਹਾ ਜੀ ਮੈਂ ਫਿਗਰ ਤੇ ਠੀਕ ਹੈ ਮੇਰੀ ਖਾਸ਼ ਵੀ ਹੈ ਮੈਂ ਲੈ ਲੇਨਾ ਆ ਪੈਸੇ ਵੀ ਮੈਂ ਤੁਹਾਨੂੰ ਦੇ ਦਿੱਤੇ ਨੇ ਲੇਕਿਨ ਵੋਟ ਮੈਨ ਕੌਣ ਦੇ ਵੋਟ ਮੈਨੂੰ ਕੌਣ ਦੇਗਾ ਉਹ ਨਿਆਜ਼ੀ ਨੇ ਕਿਹਾ ਕਿ ਮੈਂ ਬੰਦੋਬਸ ਕਰ ਲਿਆ ਇਹਦੇ ਦੌਰਾਨ ਹੀ ਅਸੀਂ ਇੱਕ ਖਬਰ ਬ੍ਰੇਕ ਕੀਤੀ ਸੀ ਕਿ ਬਾਜਵਾ ਸਾਹਿਬ ਨੇ ਮਨ੍ਹਾ ਕਰ ਦਿੱਤਾ ਕਿ ਕੋਈ ਐਸਟੈਬਲਿਸ਼ਮੈਂਟ ਦਾ ਕੋਈ ਬੰਦਾ ਇਲੈਕਸ਼ਨ ਦੇ ਵਿੱਚ ਇਨਵੋਲਵ ਨਹੀਂ ਹੋਏਗਾ ਕਿਉਂਕਿ ਉਹ ਇੱਕ ਕਰੋੜ ਰੁਪਇਆ ਰਿਸ਼ਵਤ ਵਾਲੀ ਜਿਹੜੀ ਹੈ ਨਾ ਉਹ ਗੇਮ ਲੀਕ ਹੋ ਗਈ ਸੀ ਔਰ ਲੀਕ ਹੋਣ ਤੋਂ ਬਾਅਦ ਫਿਰ ਉੱਪਰ ਮਸਲੇ ਮਿਸਾਲ ਚਲੇ ਗਏ ਸੀ ਕਿ ਇਹ ਇੱਥੇ ਤੇ ਉਨਤਾਂ ਲਈ ਕਰਕੇ ਤੇ ਇਹ ਇਹਨੂੰ ਜਿਤਾਏਗਾ ਉਹ ਜਿਹੜਾ ਬੰਦਾ ਹੁੰਦਾ ਜੀ ਮੈਨੂੰ ਗਾਰੰਟੀ ਦਿਓ ਕਿ ਜਿਤਾਓਗੇ ਕਿਸ ਤਰ੍ਹਾਂ ਉਹ ਨਿਆਜ਼ੀ ਨੇ ਕਿਹਾ ਕਿ ਮੇਰਾ ਉਹ ਤੇ ਹੈ ਬੰਦਾ ਤੂੰ ਪਰੇਸ਼ਾਨ ਨਾ ਹੋ ਥੱਪੇ ਤੇਰੇ ਪਹਿਲੇ ਲੱਗ ਜਾਣਗੇ ਔਰ 40 50 ਹਜ਼ਾਰ ਵੋਟ ਤੋਂ ਤੂੰ ਜਿੱਥੇ ਆਵੇਂਗਾ ਪਰ ਟੈਨਸ਼ਨ ਨਾ ਲੈ ਤੂੰ ਉਹ ਸਰਕਾਰ ਪਸ਼ਾਵਰ ਆ ਜਾਂਦਾ ਆ ਕੇ ਦੋਨੇ ਹਲਕੀ ਭੁਲਕੀ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਜਿਹੜੇ ਕੋਈ ਪੀਟੀਆਈ ਦੇ ਲੋਕ ਸੀ ਉਹ ਪਿੱਛੇ हट ਗਏ ਉਹਨਾਂ ਕਹਿੰਦੇ ਜੀ ਅਸੀਂ ਤੇਮ ਜਾਣ ਦੇ ਲਈ ਅਸੀਂ ਨਹੀਂ ਵੋਟ ਦੇਣਾ ਉਹ ਸਾਰੇ ਚਲੇ ਗਏ ਏਐਨਪੀ ਵਾਲੇ ਜਯੂਆਈ ਵਾਲੇ ਔਰ ਪੀਪਲਸ ਪਾਰਟੀ ਵਾਲਾ ਔਰ ਉਹ ਬੰਦਾ ਜਿਹੜਾ ਉਹ ਪੈਸੇ ਵੰਡੀ ਜਾ ਰਿਹਾ ਔਰ ਆਪਣੇ ਸਾਹਬ ਨਾਲ ਜੋਬ ਕਰਨਾ ਚਾਹ ਰਿਹਾ ਸੀ ਉੱਕਰੀ ਜਾ ਰਿਹਾ ਸੀ ਔਰ ਉਹਨੂੰ ਸਪੋਰਟ ਸੀ گورنر ਹਾਊਸ ਤੋਂ ਉੱਥੇ ਬੰਦਿਆਂ ਨੂੰ ਬਲਾ ਬਲਾ ਕੇ ਤੇ ਵੋਟ ਜਿਹੜੇ ਨੇ ਉਹ ਸਜੇ ਖਬੇ ਕਰਕੇ ਇੰਤਜ਼ਾਮੀਆਂ ਨੂੰ ਬਲਾ ਕੇ ਪੁਲਿਸ ਨੂੰ ਬਲਾ ਕੇ ਟੀਚਰਾਂ ਨੂੰ ਬਲਾ ਕੇ ਪ੍ਰੈਜ਼ੀਡਿੰਗ ਅਫਸਰਾਂ ਨੂੰ ਬਲਾ ਕੇ ਉੱਥੇ ਉਹ ਖੁਸ਼ ਮੁਸ਼ਕੁਰਦਾ ਰਿਹਾ ਯਾਨੀ 1 ਕਰੋੜ ਨਟ ਕੈਸ਼ ਦਿੱਤੀ ਤੇ ਕੋਈ 1 ਕਰੋੜ ਉੱਤੇ ਵੀ ਲਾ ਚੁੱਕਿਆ ਸੀ ਉਹ ਉਹ ਸਰਕਾਰ ਬਾਜਵਾ ਸਾਹਿਬ ਨੇ ਹਰ ਚੀਜ਼ ਨਿਊਟਰਲ ਕਰ ਦਿੱਤੀ ਉਹਨੂੰ ਵੀ ਪਤਾ ਲੱਗ ਗਿਆ ਉਹਨੇ ਫਿਰ ਇੱਕ ਰਾਤ ਪਹਿਲੇ ਜਿਹੜਾ ਨਾ ਟੈਲੀਫੋਨ ਖੜਕਾਇਆ ਨਿਆਜ਼ੀ ਨੂੰ ਉਹਨੇ ਕਿਹਾ ਭਾਈ ਗੱਲ ਇਹ ਕਿ ਮੇਰਾ ਜਾਂ 1 ਕਰੋੜ ਵਾਪਸ ਦੇ ਦੇ ਤੇ ਜਾਂ ਇੱਥੇ ਆ ਕੇ ਠੱਪੇ ਲਾ ਕਿਉਂਕਿ ਇੱਥੇ ਹਾਲਾਤ ਬਹੁਤ ਖਰਾਬ ਨੇ ਜਿੱਧਰ ਮੈਂ ਜਾਣਾ ਉਧਰ ਤਬਦੀਲੀ ਨੂੰ ਗਾਲਾਂ ਪੈ ਰਹੀਆਂ ਨੇ ਕਿ ਮੈਨੂੰ ਵੋਟ ਨਹੀਂ ਮਿਲਣਾ ਮੇਰਾ 1 ਕਰੋੜ ਜਿਹੜਾ ਵਾਪਸ ਕਰ ਤੇ ਉਹਨੂੰ ਤਰਥਲੀ ਪੈ ਗਈ ਉਹਨੇ ਫਿਰ ਟੈਲੀਫੋਨ ਫੋਨ ਮਾਰਿਆ ਕਮਿਸ਼ਨਰ ਨੂੰ ਕਮਿਸ਼ਨਰ ਨੇ ਫਿਰ ਰਾਤ 12 ਵਜੇ 3-4 ਸਕੂਲਾਂ ਦੇ ਵਿੱਚ ਠੱਪੇ ਲਾ ਕੇ ਡੱਬੇ ਭਰਨੇ ਸ਼ੁਰੂ ਕਰ ਦਿੱਤੇ ਕਿਉਂਕਿ 1 ਕਰੋੜ ਦਾ ਮਾਮਲਾ ਸੀ ਨੈਟ ਕੈਸ਼ ਦੇ ਕੇ ਆਇਆ ਸੀ ਉਹ ਬੰਗਸ਼ ਠੀਕ ਹੈ ਉਹਨਾਂ ਨੇ ਉਹ ਠੱਪੇ ਭਰਨੇ ਡੱਬੇ ਭਰਨੇ ਸ਼ੁਰੂ ਕਰ ਦਿੱਤੇ ਬੇ ਤੜਕ ਹੋ ਕੇ ਕਿ ਜੀ ਉੱਤੋਂ ਕਾਲ ਆਈ ਸਾਹਿਬ ਦੀ ਉਹ ਵਿੱਚ ਫਿਰ ਕੋਈ ਬੇਵੱਧ ਨਹੀਂ ਹੁੰਦੇ ਆ उन्होंने गल लीक कर दी थी और आवाम पहुंच गई और उन्हें पुलिस स्टेशन से रात बारह बजे एक दिन पहले ही उन्हें जाके तो फल लिया सारा सारी धांदली और फिर सारी मीडिया तो चल गई हर पास चल गई और रंगे हाथों जोड़ा न्याजी और पीरनी जी रंगे हाथों फड़े गए और एक अरब रुपया जरा डकार गए वह बंदा जड़ाने फिर टैलीफोन किया उन्हें तो कहा जी ए फे गए सारे मेरे पैसे दियो ਉਹਨੇ ਫਿਰ ਕਿਹਾ ਕਿ ਚੁੱਪ ਕਰਕੇ ਇੱਥੋਂ ਨਿਕਲ ਜਾ ਕੋਈ ਪੈਸੇ ਸ਼ੈਸੇ ਨਹੀਂ ਆਇਆ ਬਹੁਤ ਕੋਸ਼ਿਸ਼ ਕਰ ਲਈਏ ਫਿਰ ਕਦੀ ਮੌਕਾ ਮਿਲਾ ਤੇ ਐਡਜਸਟ ਕਰ ਦਿਆਂਗੇ ਉਹ ਜਿਹੜਾ ਦੁਬਈ ਤੋਂ ਬਿਜ਼ਨਸਮੈਨ ਲੈ ਕੇ ਆਇਆ ਸੀ ਬਾਰੋ-ਬਾਰ ਆਪਣੀ ਪਾਰਟੀ ਤੋਂ 1 ਅਰਬ ਰੁਪਇਆ ਨੈਟ ਕੈਸ਼ ਉਹਦੇ ਕੋਲ ਖਾ ਲਿਆ ਖਾਣ ਤੋਂ ਬਾਅਦ ਪਸ਼ਾਵਰ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਿਆ ਔਰ ਪਸ਼ਾਵਰ ਦੇ ਵਿੱਚ ਪਾਰਟੀ ਨੇ ਕੋਈ ਸਪੋਰਟ ਨਹੀਂ ਉਸ ਵਿਚਾਰੇ ਨੂੰ ਕੀਤੀ ਕੋਈ 50-60 ਕਰੋੜ ਉੱਤੋਂ ਲਾ ਗਿਆ ਔਰ 1 ਅਰਬ ਰੁਪਇਆ ਨੈਟ ਕੈਸ਼ ਦੇ ਗਿਆ ਔਰ ਜ਼ਲੀਲੋ ਖੁਆਰ ਹੋ ਕੇ ਤੇ ਤਬਦੀਲੀ ਦੇ ਮਜ਼ੇ ਲੈ ਕੇ ਤੇ ਉਹ ਬੰਦਾ ਜਿਹੜਾ ਵਾਪਸ ਦੁਬਈ ਟੁਰ ਗਿਆ ਏ ਸੀ ਉਹ ਬ੍ਰੇਕਿੰਗ ਖਬਰ ਜਿਹੜੀ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਕਿ 1 ਅਰਬ ਦੀ ਰਿਸ਼ਵਤ ਜਿਹੜੀ ਹੈ ਇਹ ਨਿਆਜ਼ੀ ਨੇ ਨੈਟ ਕੈਸ਼ ਲਈ ਪਸ਼ਾਵਰ ਦਾ ਮહેર ਬਣਾਉਣ ਵਾਸਤੇ ਲੇਕਿਨ ਪਸ਼ਾਵਰ ਦੀ ਆਵਾਮ ਜਿਹੜੀ ਹੈ ਉਹਨੇ ਉਸ ਮહેર ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਛੜਿਆ